ਤੇ ਅੱਜ ਮਾਸ਼ਾਅੱਲਾ ਇਹਦੀ ਖਬਰ ਆਈ ਆ ਸਾਨੂੰ। ਅੱਛਾ, ਮਾਲਕ ਸਾਨੂੰ ਨਹੀਂ ਟੱਕਰਿਆ, ਜੱਗਾ ਜੱਗਾ ਟੱਕਰਦਾ ਸਾਨੂੰ ਪੂਰਾ ਪਤਾ ਹੋ ਜਾਂਦਾ। ਅੱਛਾ, ਤੇ ਵੀ ਬੱਕਰਾ ਨਾ ਸੇਲ ਹੋ ਗਿਆ, ਰੁਸਤਮ ਬੱਕਰਾ। ਹਾਂ, ਰੁਸਤਮ ਬੱਕਰਾ। ਅੱਛਾ ਜੀ, ਰੁਸਮੇ ਨਹੀਂ, ਰੁਸਤਮ ਨਹੀਂ, ਨਾਂ ਤਾਂ ਰੁਸਤਮ ਆ। ਹਾਂਜੀ, ਰੁਸਮੇ ਪਾਕਿਸਤਾਨ ਨਾਮ ਆਪਾਂ ਰੱਖਿਆ ਇਨਸ਼ਾਅੱਲਾ ਅੱਲਾ ਦੇ ਹੁਕਮ ਯਾਰ। ਅਸੀਂ ਐਵੇਂ ਨਹੀਂ ਕਿਹਾ ਜੀ, ਚੜ੍ਹਦੇ ਪੰਜਾਬ ਤੋਂ ਲੱਗ ਕੇ ਲਹਿੰਦੇ ਤੱਕ ਸਾਰੇ ਫਿਰੇ ਆ। ਹਾਂਜੀ, ਪਰ ਸਾਨੂੰ ਏਡੇ ਫਰੇਮ ਦਾ ਏਡੀ ਲੰਬਾਈਆਂ ਸੋਸਣ। ਹਾਂਜੀ, ਔਰ ਬੱਕਰੇ ਨੂੰ ਤੁਰਨਾ ਵੀ ਆਉਂਦਾ ਵਾ। ਤੁਰਨਾ ਵੀ। ਔਰ ਇੱਕ ਦੀ ਹੋਰ ਖੁਸ਼ਖਬਰੀ ਸੁਣੋ। ਹਾਂਜੀ, ਰੁਸਤਮ ਮਾਸ਼ਾਅੱਲਾ ਜੀ, ਅੱਜ ਹੀ ਰੁਸਤਮ ਬੱਕੇ ਉੱਪਰ ਆਏ ਆ ਦੁਬਾਰਾ। ਤੋ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਤੋ ਵੋ ਜੀ ਹਵੇਲੀ ਹੈ ਜਗ੍ਹਾ ਬਾਈ ਕੀ, ਔਰ ਯਹਾਂ ਜਾਨਵਰ ਥੇ ਉਨਕੇ। ਤੋ ਰੁਸਤਮ ਪਰ ਆਏ ਸਪੈਸ਼ਲੀ ਚੀਜ਼, ਤੋ ਹਮਨੇ ਕਹਾ ਫਿਰ ਸ਼ੋਅ ਕਰਾ ਦੇ, ਤੋ ਡਿਟੇਲ ਵਗੈਰਾ ਲੇਂਗੇ ਜੀ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਯੇ ਚੀਜ਼ ਹੈ ਜੀ ਰੁਸਤਮ। ਰੁਸਤਮ ਹੈ ਪਾਕਿਸਤਾਨ। ਸਹੀ ਹੋ ਗਿਆ। ਹੋਰ ਤੁਹਾਨੂੰ ਖਬਰ ਹੋਈ ਸੀ ਤੇ ਰੱਬ ਤੁਹਾਨੂੰ ਮਾਸ਼ਾਅੱਲਾ ਪੱਠਾਂ ਵੀ ਨਹੀਂ ਦਿੱਤੀਆਂ, ਪੁੱਤਰ ਵੀ ਤੁਹਾਡੇ ਕੋਲ ਇਹਦਾ ਹੈਗਾ, ਇਹਦੇ ਪੋਤਰੇ ਵੀ ਹੁਣ ਹੈਗੇ ਆ। ਹਾਂਜੀ, ਤੇ ਇਹਨੇ ਨਜ਼ਾਰਾ ਦਿੱਤਾ ਬੱਕਰੇ ਨੇ, ਨਜ਼ਾਰਾ ਹੁਣ ਚੋਰ ਸਾਹਿਬ ਤੁਹਾਡੇ ਸਾਹਮਣੇ। ਹਾਂਜੀ, ਇੱਜ਼ਤ ਦਿੱਤੀ ਅੱਲਾ ਪਾਕ ਨੇ, ਬੜੀ ਇੱਜ਼ਤ ਦਿੱਤੀ। ਸੋਨਾ ਜਰਾ ਬੱਕਰੇ ਨੇ ਲਿਆਓ ਜੀ। ਔਰ ਪਰਸਨਲੀ ਜੀ, ਇਸ ਬੱਕ ਕੋ ਸਪੈਸ਼ਲੀ ਹਮਨੇ ਜੋ ਹਮਾਰੇ ਦੋਸਤ ਕਾਫੀ ਰਹਤੇ ਹੈ ਜੀ ਇੰਡੀਆ ਮੇਂ, ਉਨ੍ਹੋਂਨੇ ਇਸ ਬੱਕ ਕੋ ਬਹੁਤ ਹੀ ਪਸੰਦ ਕੀਆ। ਜੋ ਰੁਸਤਮ ਹੈ ਨਾ, ਇਸਕੀ ਤਕਰੀਬਨ ਮੁਝਸੇ ਕਾਫੀ ਦੋਸਤੋਂ ਕਾ ਰਾਬਤਾ ਹੋਤਾ ਹੈ ਇੰਡੀਆ ਸੇ, ਚੜ੍ਹਦੇ ਪੰਜਾਬ ਤੋਂ। ਤੋ ਕਾਫੀ ਦੋਸਤੋਂ ਨੇ ਯਾਨੀ ਕਿ ਰੁਸਤਮ ਕੋ ਬਹੁਤ ਹੀ ਪਸੰਦ ਕੀਆ। ਤੋ ਇਹ ਚੀਜ਼ ਹੈ ਰੁਸਤਮ, ਸਪੈਸ਼ਲੀ ਉਹਨੇ ਬਹੁਤ ਪਸੰਦ ਆਈ। ਔਰ ਕੁਛ ਦੋਸਤੋਂ ਨੇ ਵਹਾਂ ਵੀ ਬੱਕੋਂ ਕੇ ਬੱਕਰੋਂ ਕੇ ਨਾਮ ਰੁਸਤਮ ਰੱਖਣਾ ਸਟਾਰਟ ਕਰ ਦੀ ਹੈ ਚੜ੍ਹਦੇ ਪੰਜਾਬ 'ਚ। ਹਾਂਜੀ, ਕੁਛ ਦੋਸਤ ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਪਾਕ ਸਾਰਿਆਂ ਨੂੰ ਚਲੋ ਤੌਫੀਕ ਦੇਵੇ ਰੁਸਤਮ ਬਣਾਉਣ। ਹਾਂਜੀ, ਸਾਡਾ ਸ਼ੌਂਕ ਹੈ ਵੀ ਇਨਸ਼ਾਅੱਲਾ ਆਉਣ ਵਾਲੇ ਵਕਤ 'ਚ ਹਰ ਘਰੇ ਰੁਸਤਮ ਜੰਮ ਪੈਣਾ। ਜੀ ਜੀ, ਕਿਉਂਕਿ ਸਾਨੂੰ ਕੋਈ ਸਾੜ ਨਹੀਂ, ਕੋਈ ਗਾਲ ਨਹੀਂ, ਅਸੀਂ ਕਹਿੰਦੇ ਯਾ ਅੱਲਾ ਸਾਡਾ ਯਾਨੀ ਕਿ ਮੁਲਕ ਸਾਡੇ ਸਾਰੇ ਜਿੰਨੇ ਵੀ ਭਾਈ ਨੇ ਚੜ੍ਹਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ, ਇਹ ਪੰਜਾਬੀਆਂ ਦਾ ਹੀ ਸ਼ੌਂਕ ਆ। ਹਾਂਜੀ, ਪੰਜਾਬੀਆਂ ਨੇ ਅੱਗੇ ਖੜਿਆ ਵਾ। ਹਾਂਜੀ, ਤੇ ਪੰਜਾਬੀ ਇਨਸ਼ਾਅੱਲਾ ਲਿਜਾਣ ਵਾਲਾ ਬੰਦਾ ਵਾ, ਪੰਜਾਬੀ ਇਹਨਾਂ ਨੂੰ ਯਾਨੀ ਕਿ ਤਰਜੀਹ ਦੇ ਰਿਹਾ ਵਾ। ਜੀ ਜੀ, ਔਰ ਸਾਡੇ ਪਿਆਰੇ ਨਬੀ ਨੇ ਚਾਰੀਆਂ ਸੀ, ਤਰਜੀਹ ਦਿੰਦੇ ਆ ਜੋ ਸਾਡੇ ਦਰਵੇਸ਼ ਹੋਏ ਨੇ ਸਾਰੇ ਇਹਨਾਂ ਨੇ ਸ਼ੌਂਕ ਕੀਤੇ ਨੇ। ਸਹੀ ਆ, ਬਾਕੀ ਬੱਕਰੀ ਇੱਕ ਫਕੀਰੀ ਆ। ਹਾਂਜੀ, ਔਰ
ਥੋੜੇ ਜਿਹੇ ਪੁਆਇੰਟਸ ਅੱਜ ਫਿਰ ਦੱਸ ਦਿਓ, ਜਿਹੜੀਆਂ ਜਿਹੜੀਆਂ ਮੇਨ ਚੀਜ਼ਾਂ ਅੱਗੇ ਦੱਸਦੇ ਰਹੇ ਹੋ ਸਾਰਿਆਂ ਤੋਂ ਪਹਿਲੇ ਪੁੱਛ ਤੋਂ ਆਇਓ, ਜਿਹੜੀ ਪਿੱਛੋਂ ਤੁਸੀਂ ਕਹਿ ਰਹੇ ਹੋ ਐਡੀ ਪੁੱਛ ਆਮ ਕਰਨੀ। ਇਹ ਦੇਖੋ ਗੱਲਾਂ ਹੁੰਦੀਆਂ ਨੇ ਝੂਠੀਆਂ, ਠੀਕ ਹੈ? ਹਾਂਜੀ, ਵੱਡੇ ਲੰਮਾ ਤਾਂ ਨਹੀਂ ਹੱਥ? ਜੀ ਜੀ, ਇਹ ਪੂਰੇ ਯਾਨੀ ਕਿ ਫੁੱਟ ਦੇ ਵਿੱਚੋਂ ਕੋਹਣੀ ਜੋ 4 ਇੰਚ 4 ਇੰਚ ਘੱਟ ਜੇ ਵਾਲ ਪਾਈਏ ਤਾਂ ਉੱਥੇ ਪਹੁੰਚ ਜਾਂਦਾ ਕੰਮ। ਜੀ ਜੀ, ਐਡੀਆਂ ਪੁੱਛਾਂ ਨਾ ਇੱਥੋਂ ਲਾ ਦਿੰਦੇ ਯਾਰ। ਹਾਂਜੀ ਹਾਂਜੀ, ਇਹ ਲੈ ਦੇਖ ਲਓ, ਚੈੱਕ ਕਰ ਲੈ, ਇਹ ਇੱਥੇ ਦੇਖੋ ਇਹ ਐਡੀ ਪੁੱਛਲ। ਹਾਂਜੀ, ਅਸੀਂ ਆ ਵੇਖ ਇੱਥੋਂ ਵੀ ਇੱਥੇ ਆ ਜਾਂਦੇ ਹਾਂ। ਜੀ ਜੀ, ਇਹ ਆਪਣੇ ਹੱਥੀਂ ਵੇਖ ਲਓ ਕਹਿੰਦਾ ਯਾਰ ਫਜ਼ਾਨ ਸਾਹਿਬ, ਥੋੜ੍ਹਾ ਜਿਹਾ ਇਹ ਦੇ, ਅਸੀਂ ਉੱਤੋਂ ਵੀ ਨਹੀਂ ਚੁਕਾਉਂਦੇ, ਆਹ ਥੱਲੋਂ ਵੇਖ ਇਹਦੇ। ਹਾਂਜੀ, ਇਹਦਾ ਵੇਖ ਇੱਧਰ, ਹੱਥ ਵੇਖ ਹੱਥ ਕਿੱਥੇ ਆ, ਸਹੀ ਹੋ ਗਿਆ, ਦੇਖ ਲਓ ਜੀ ਉੱਥੇ ਫਜ਼ਾਨ। ਹਾਂਜੀ, ਇੱਕ ਮਿੰਟ ਇੱਕ ਮਿੰਟ, ਆਹ ਵਾਲ ਨਹੀਂ ਲਾਏ, ਸਹੀ ਹੈ, ਇੱਥੇ ਵੇਖ ਆਵੇ ਨਾ। ਹਾਂਜੀ, ਇਹ ਦੇਖ ਤੇ ਯਾਰ, ਇਹ ਮੈਨੂੰ ਲਾ ਵੀ 1.5 ਫੁੱਟ ਤੋਂ ਉੱਤੇ ਆ, ਸਹੀ ਹੋ ਗਿਆ ਕਮਲਿਆ। ਇਹਨਾਂ ਦੀਆਂ ਪੂਛਲਾਂ ਹੁੰਦੀਆਂ ਬੱਕਰੇ ਸਾਰਿਆਂ ਦੀਆਂ, ਏਡੀ ਪੂਛਲ ਦਾ ਰਿਕਾਰਡ, ਲੰਬਾਈ ਸਹੀ, ਲੰਬਾਈ ਦਾ ਫਰੇਮ ਬੜਾ ਪਿਆਰਾ। ਚੋਰ ਸਾਹਿਬ ਮੇਰੀ ਗੱਲ ਸੁਣ, ਇਹਦੇ ਇਹਦਾ ਇੱਕ ਇੱਕ ਪੁਆਇੰਟ ਜਿਹੜਾ ਨਾ, ਹਾਂਜੀ, ਪੂਛ ਤੋਂ ਲੱਗ ਕੇ, ਹਾਂਜੀ, ਤੇ ਨੱਕ ਤਾਈਂ, ਨੱਕ ਤਾਈਂ ਕੋਈ ਕਮੀ ਨਹੀਂ, ਅੱਲਾਹ ਪਾਕ ਨੇ ਛੱਡੀ ਹੀ ਨਹੀਂ। ਸਹੀ ਹੈ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਮਰ ਸਾਹਿਬ ਇਹ ਬੱਕਰੇ ਨੂੰ ਕੈਸੇ ਕਰਨਾ, ਪਾਕਿਸਤਾਨ ਔਰ ਤੁਰਨਾ ਵੀ ਆਉਂਦਾ ਵਾ, ਹਰ ਬੰਦੇ ਬੱਕਰੇ ਨੂੰ ਇੰਜ ਤੁਰਨਾ ਵੀ ਬੜਾ ਔਖਾ ਵਾ। ਹਾਂਜੀ ਹਾਂਜੀ, ਇਕੱਲਾ ਨਾਮ ਵੀ ਨਹੀਂ ਹੈਗਾ, ਇਕੱਲਾ ਨਾਮ ਆ ਜੋ ਚੀਜ਼ ਵਾਕਈ ਜੀ ਰੁਸਤਮ ਨੂੰ। ਸੌਰੀ, ਹੁਣ ਮੇਰੀ ਗੱਲ ਸੁਣ, ਹਾਂਜੀ, ਆਦੇ ਮਾਨ ਨਾਲ ਦੱਸੀ, ਹਾਂਜੀ, ਬੱਚੇ ਵੇਖੇ ਹੀ ਇਹਦੇ? ਵੇਖੇ ਆ ਜੀ। ਪੱਠਾਂ 'ਚ ਕੋਈ ਕਮੀ? ਤੁਸੀਂ ਮੈਨੂੰ ਇਹ ਦੱਸੋ, ਇੱਕ ਮਿੰਟ ਯਾਰ, ਮੈਂ ਹੁਣ ਅਗਲੀ ਗੱਲ ਨਹੀਂ ਕਰ ਸਕਦਾ। ਲੋਕ, ਅਸੀਂ ਲੋਕਾਂ ਨੇ ਆ ਯਾਰ, ਬਾਪ ਤਾਂ ਵੇਖੋ, ਬਾਪ ਨੇ ਬੱਚਾ ਬਾਪ 'ਤੇ ਹੀ ਜਾਣਾ। ਹਾਂਜੀ, ਅਤੇ ਜੇ ਬਾਪ ਵੀ ਇੰਨਾ ਕੁ ਹੋਵੇ ਤਾਂ ਬੱਚਾ ਉੱਥੇ ਆਉਣਾ, ਜੇ ਬਾਪ ਵੱਡਾ ਕੱਦ ਵਾਲਾ ਹੋਵੇ ਤਾਂ ਬੱਚਾ ਉੱਥੇ ਜਾਣਾ। ਸਹੀ ਹੈ, ਹੁਣ ਇਹਨਾਂ ਬੱਕਰੀਆਂ ਦੇ ਉੱਤੇ ਆ ਬੱਕਰਾ ਛੁੱਟੇਗਾ, ਛੁੱਟਦਾ ਪਿਆ, ਇਹਦੀਆਂ ਜਿਹੜੀਆਂ ਕੰਬਣਾ ਕੁੰਬਣਾ ਨੇ, ਮਾਸ਼ਾਅੱਲਾ, ਇਹ ਵੀ ਨੇ, ਇੱਕ ਹੋਰ ਵੀ ਪੁੱਤਰ, ਉਹ ਬੱਕਰੀ ਲਿਆਈ, ਲਾਲ ਡੱਬੀ ਫੜ ਕੇ, ਉਹ ਲਾਲ ਡੱਬੀ ਫੜ ਕੇ ਲਿਆ ਜਿਹੜਾ, ਉਹ ਲਿਆਈ ਹੋਵੇ ਯਾਰ। ਇਹ ਨਾ ਸਿਰਫ ਬੱਕਰੀਆਂ ਦੇ ਵਿੱਚੋਂ ਬੱਚੇ ਜੰਮਦੇ ਨੇ, ਚੰਗੇ ਬੱਕਰੀਆਂ 'ਚ ਚੰਗੇ ਬੱਚੇ, ਆਜਾ ਆਜਾ ਲੱਗ ਗਿਆ, ਫੜ ਕੇ ਪੁੱਟ ਲਿਆ ਅਤੇ ਇਸ ਤਰੀਕੇ ਨਾਲ। ਬਾਕੀ ਤੁਸੀਂ ਨਾ ਇਹਦੇ ਵਿੱਚ ਪੱਠਾਂ ਹੈ ਰੁਸਤਮ ਦੀਆਂ ਕੋਈ? ਹਾਂ ਹੈਗੀਆਂ। ਹੈ, ਸਾਨੂੰ ਪੱਠਾਂ ਲਿਆ ਕੇ ਵਾਹ, ਪੱਠ ਲਾਲ ਡੱਬੀ ਫੜ ਲਈ, ਫੇਸ ਬਹੁਤ ਹੀ ਬੜਾ ਹੈ ਜੀ, ਉਹ ਖੜੀ ਹੋ, ਚੈੱਕ ਕਰ ਲੈ, ਚਿੱਟੇ ਫਿਰ ਕਾਨੋਂ ਪਰ ਆ ਜਾਏ, ਜਲ ਦੇਖ ਲੈ, ਇਸ ਕੇ ਆਗ ਜੋ ਮੇਨ ਫਰੰਟ ਹੈ ਉਹ ਬਹੁਤ ਬਿਹਤਰੀਨ ਸਟਰਕਚਰ ਵਾਈਜ਼, ਯਾਨੀ ਔਰ ਬਾਅਦ ਮੇਂ ਫਰੰਟ ਕੇ ਪਿੱਛੇ ਚਲਾ ਜਾਏ, ਹਰ ਚੀਜ਼ ਨਾਇਆਬ ਹੈ ਜੀ। ਔਰ ਮਕਸੂਦ ਬਾਈ, ਕਿੰਨੇ ਦਿਨਾਂ ਬਾਅਦ ਤੁਸੀਂ ਛੋਟੇ ਹੁੰਦੇ ਬੱਚਾ ਲੱਭਿਆ ਸੀ ਅਤੇ ਇਹ ਕਿੰਨੇ ਦਿਨਾਂ ਬਾਅਦ ਲੱਭਿਆ? ਯਾਨੀ ਇਹ ਸੋਰੀ, ਬੜੀ ਮਿਹਨਤ ਸਾਨੂੰ ਕਰਨੀ ਪਈ। ਅੱਛਾ ਜੀ, ਸਹੀ ਹੋ ਗਿਆ। ਔਰ ਇਹਦੀ ਪ੍ਰੋਪਰ ਇਹ ਬਲੱਡ ਕੇਸ 'ਚੋਂ ਹੈ ਜੀ, ਇਹ ਇਹਦਾ ਬਾਪ ਕਿਹੜਾ ਸੀ ਰੁਸਤਮ ਦਾ? ਆਹ ਰੁਸਤਮ ਦੀ ਪੱਠ ਨਿਧਰ ਹੀ ਆ, ਮੈਨੂੰ ਇਹ ਦੱਸੋ, ਹਾਂਜੀ, ਇਹਦੀ ਕੌਣ ਕੌਣ ਦੇ ਕੋਈ ਬੰਦਾ? ਸਹੀ ਹੈ ਜੀ, ਇਹ ਰੁਸਤਮ ਦੀ ਕਹਤ ਹੈ। ਹਾਂਜੀ, ਇਧਰਲੇ ਪਾਸੇ ਪੁੱਛਾ ਦੇ, ਛੋੜ ਛੋੜ, ਮਾਸ਼ਾਅੱਲਾ ਜੀ, ਮਾਸ਼ਾਅੱਲਾ, ਚੈੱਕ ਕਰੇ, ਆਹ ਧੀ ਆ ਤੇ ਆਹ ਬਾਪ ਆ। ਹਾਂਜੀ ਯਾਰ, ਬਾਪ ਦੇ ਪੱਠਾਂ ਜਾਂਦੀਆਂ ਨੇ, ਸਹੀ, ਐਵੇਂ ਅਸੀਂ ਲੋਕ ਆ ਨਹੀਂ ਸੁਣਦਾ, ਨਹੀਂ ਸੁਣਦਾ, ਨਹੀਂ ਬੱਕਰਾ ਛੁੱਟੇਗਾ ਕਿਸੇ ਬੱਕਰੀ 'ਤੇ ਤਾਂ ਫਿਰ ਹੀ ਸੁਣਾ।
ਹਾਂਜੀ ਸਹੀ ਹੈ। ਹੁਣ ਆਹ ਬੱਕਰੀਆਂ ਹਾਂਜੀ ਇਹ ਕ੍ਰਾਸ ਹੋਈਆਂ ਸਹੀ ਹੈ, ਇਹਨਾਂ ਦੇ ਉੱਤੇ ਮਾਸ਼ਾਅੱਲਾ ਬੱਕਰੇ ਛੁੱਟੇ ਨੇ ਸਹੀ ਹੈ, ਤੇ ਇੱਕ ਬੱਚਾ ਮੈਂ ਇਸ ਬੱਕਰੇ ਦਾ ਲਿਆ ਆਪਣਾ, ਦੋ ਹੋ ਗਏ ਮੇਰੇ ਕੋਲੇ। ਅੱਛਾ ਜੀ, ਇੱਕ ਮੈਂ ਸਰਗੋਧੇ ਭੇਜਿਆ ਹਾਂਜੀ, ਤੇ ਉਹ ਆਪਣਾ ਸਟੇਸ਼ਨ ਤੋਂ ਲੈ ਕੇ ਹਾਂਜੀ ਕਾਲੇ ਵਾਲੀ ਨੇ ਕਿਹਾ ਸੀ ਉਹ ਦਿਨ ਦੋਂਦਾ ਸੀ ਜਦੋਂ ਮੈਂ ਕ੍ਰਾਸ ਕਰਾਈ, ਸਹੀ ਹੈ, ਅੱਜ ਉਹ ਦੋਂਦਾ ਸੀਗਾ ਜਿੱਦਣ ਮੈਂ ਲੈ ਕੇ ਗਿਆ ਉਹਨਾਂ ਕੋਲ, ਤੇ ਦੂਸਰਾ ਬੱਚਾ ਜੱਗੇ ਘੁੰਮਣ ਗਿਆ ਪਿੱਛੇ, ਮਤਲਬ ਮਕਸੂਦ ਕੋ ਬੱਕਰੀ ਸੀ ਮੁੰਡਾ ਖਿੱਚੀ ਸੀਗਾ ਉਹਨੇ ਕ੍ਰਾਸ ਕਰਾਈ, ਸਹੀ ਹੈ, ਤੇ ਅੱਜ ਮਾਸ਼ਾਅੱਲਾ ਇਹਦੀ ਖਬਰ ਆਈ ਆ ਸਾਨੂੰ। ਅੱਛਾ, ਮਾਲਕ ਸਾਨੂੰ ਨਹੀਂ ਟੱਕਰਿਆ, ਜੱਗਾ ਹਾਂਜੀ ਜੱਗਾ ਟੱਕਰਦਾ ਸਾਨੂੰ ਪੂਰਾ ਪਤਾ ਹੋ ਜਾਂਦਾ। ਅੱਛਾ, ਤੇ ਵੀ ਬੱਕਰਾ ਨਾ ਸੇਲ ਹੋ ਗਿਆ, ਰੁਸਤਮ ਬੱਕਰਾ, ਰੁਸਤਮ ਬੱਕਰਾ, ਅੱਛਾ ਜੀ, ਰੁਸਮੇ ਨਹੀਂ ਰੁਸਤਮ ਨੀ, ਨਾਂ ਤਾਂ ਰੁਸਤਮ ਆ ਹਾਂਜੀ, ਰੁਸਮੇ ਪਾਕਿਸਤਾਨ ਨਾਮ ਆਪਾਂ ਰੱਖਿਆ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਜੇ ਰੱਖਦੇ ਗਏ ਤੇ ਰੱਬ ਨੇ ਸ਼ੌਕ ਵੀ ਸਹੀ ਵਾਦ ਦਾ, ਸਹੀ ਵਾਦ ਦਾ ਨਾਂ ਨਿਕਲਿਆ। ਸਹੀ ਹੈ, ਔਰ ਮਕਸੂਦ ਭਾਈ ਕਿਆ ਵਾਕਈ ਕੋਈ ਸੇਲ ਹੋ ਗਿਆ ਕਿ ਨਹੀਂ? ਖਬਰ ਹੈਗੀ ਆ ਹਾਂਜੀ, ਬਾਕੀ ਤਸਦੀਕ ਉਸ ਦਿਨ ਜਿਸ ਦਿਨ ਹੁਣ ਬੱਕਰਾ ਇਨਸ਼ਾਅੱਲਾ ਹਾਂਜੀ ਚੜ੍ਹਦੇ ਪੰਜਾਬ ਤੋਂ ਲਾ ਕੇ ਲਹਿੰਦੇ ਤੱਕ ਸਾਰੇ ਫਿਰੇ ਆ ਹਾਂਜੀ, ਪਰ ਸਾਨੂੰ ਏਡੇ ਫਰੇਮ ਦਾ ਏਡੀ ਲੰਬਾਈਆਂ ਸੋਸਣ ਹਾਂਜੀ, ਔਰ ਬੱਕਰੇ ਨੂੰ ਤੁਰਨਾ ਵੀ ਆਉਂਦਾ ਵਾ, ਤੁਰਨਾ ਵੀ, ਔਰ ਇੱਕ ਦੀ ਹੋਰ ਖੁਸ਼ਖਬਰੀ ਸੁਣੋ ਹਾਂਜੀ, ਇਹ ਤਾਂ ਬੱਕਰੇ ਕੋਲ ਚੱਲ ਜਾਈਏ ਨਾ, ਇਹਨੂੰ ਵੀਡੀਓ ਬਣਾਉਣ ਦਾ ਵੀ ਸ਼ੌਕ ਬੜਾ ਜੀ, ਸਹੀ ਹੋ ਗਿਆ, ਆ ਵੇਖੋ ਨਹੀਂ ਤਾਂ, ਨਹੀਂ ਤਾਂ ਬੱਕਰੇ ਐਵੇਂ ਹੋਰ ਹੋ ਕੇ ਭੰਬੀ ਮਾਰਦੇ ਰਹਿੰਦੇ ਨੇ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਬਿਹਤਰੀਨ ਹੋ ਗਿਆ ਜੀ। ਆ ਫਜ਼ਾਨ ਸਾਹਿਬ ਜਰਾ ਤੁਸੀਂ ਸਾਨੂੰ ਬਣਾਓ ਮੋਬਾਈਲ, ਬਹੁਤ ਹੀ ਜਾਇੰਟ ਟਾਪ ਕਲਾਸ ਦੀ ਚੀਜ਼ ਹੈ ਜੀ, ਸ਼ੌਕ ਬਣਾਉਣੇ ਵਾਲੀ, ਸ਼ੌਕ ਵਾਲੀ ਚੀਜ਼ ਹੈ ਜੀ, ਅੱਲਾ ਕਰੇ ਜੀ। ਅਸੀਂ ਤਾਂ ਅੱਗੇ ਬਣਵਾਉਂਦੇ ਸੀਗੇ, ਅੱਜ ਬਣਾਉਣ ਲੱਗ ਬਣਾਉਣ ਵਿੱਚ ਬੜਾ ਟਾਈਮ ਪਿਆ। ਨਹੀਂ ਇੱਕ ਵਾਰੀ ਇਹਨੂੰ ਰੱਖੀ ਖਾਣੀ ਸਾਈਡ ਤੇ ਹੋ, ਸਾਈਡ ਸਾਈਡ ਤੇ ਇੱਕ ਵਾਰ ਬਸ ਕਾਫੀ ਬੰਦੇ ਨੇ ਜਿਹੜੇ ਮੈਨੂੰ ਕਮੈਂਟ ਕਰਦੇ ਨੇ, ਉਹ ਬਾਬਾ ਗੋਡ ਫਾਰਮ ਵਾਲੇ, ਔਰ ਮਾਸ਼ਾਅੱਲਾ ਰਾਜੂ ਗੋਡ ਫਾਰਮ ਨੂੰ ਮੇਰੀ ਬਹੁਤੀ ਬਹੁਤੀ ਸਲਾਮ ਦੁਆ, ਅਬਦੁਲ ਜੀ ਠੇਕੇਦਾਰ ਜਿਹੜਾ ਲਾਹੌਰ ਵਾਲਾ, ਸਹੀ ਹੈ, ਇਹਨਾਂ ਨੂੰ ਵੀ ਸਾਡੇ ਲਹਿੰਦੇ ਪੰਜਾਬ ਵਾਲਿਆਂ ਨੂੰ, ਸਹੀ ਹੈ, ਤੇ ਸਰਬਜੀਤ ਭਾਈ ਜੀ ਉਹ ਕਾਫੀ ਚਾਹਨੇ ਵਾਲੇ ਹਮਾਰੇ, ਬੜੇ ਚਾਹਨੇ ਵਾਲੇ ਹਾਂਜੀ, ਸਰਬਜੀਤ ਭਾਈ, ਸਰਬਜੀਤ ਹਾਂਜੀ, ਸਰਬਜੀਤ ਭਾਈ, ਰਾਜਨ ਗੁੱਜਰ, ਰਾਜਨ ਗੁੱਜਰ, ਉਹ ਬਾਈ ਜਿਹੜੇ ਬੰਦੇ ਬਾਹਰ ਬੈਠੇ ਸਾਡੇ ਨਾਲ ਸਾਡਾ ਵੇਖਦੇ ਨੇ ਚੈਨਲ, ਹਾਂਜੀ, ਤੇ ਉਹਨਾਂ ਨੂੰ ਮੀਆਂ ਸਾਡੀ ਬਹੁਤੀ ਬਹੁਤੀ ਪਿਆਰ ਮੁਹੱਬਤ ਦੀ ਸਲਾਮ ਦੁਆ, ਹਾਂਜੀ, ਤੇ ਬਾਕੀ
ਅਸੀਂ ਉਹਨਾਂ ਨੂੰ ਆਪਣੀ ਤਰਫੋਂ ਸਪੈਸ਼ਲ ਚੜ੍ਹਦੇ ਪੰਜਾਬ ਵਾਲਿਆਂ ਨੂੰ, ਜਿੰਨੇ ਸਾਡੇ ਵੇਖਣ ਵਾਲੇ ਨੇ ਕਾਫੀ ਬੰਦੇ ਨੇ, ਮੈਂ ਨਾਂ ਭੁੱਲ ਜਾਂਦਾ ਵਾਂ ਤੇ ਮਿਹਰਬਾਨੀ, ਗੁੱਸਾ ਨਹੀਂ ਕਰਨਾ ਤੇ ਬਾਕੀ ਇਨਸ਼ਾਅੱਲਾ ਆਉਣ ਵਾਲੇ ਬੱਕਰੇ ਤੁਹਾਡਾ ਸ਼ੌਂਕ ਹੈ ਜੀ, ਜਿਵੇਂ ਸਾਡਾ ਸ਼ੌਂਕ ਹੈ ਤੁਹਾਡਾ ਵੀ, ਮੈਂ ਨਾਲ ਲੈ ਕੇ ਚੱਲਾਂਗਾ ਤੇ ਇਸ ਤਰ੍ਹਾਂ ਦੇ ਬੱਕਰੇ ਤੁਹਾਡੇ ਮੁਲਕ 'ਚ ਵੀ ਇਨਸ਼ਾਅੱਲਾ ਜੰਮਣਗੇ। ਔਰ ਇੱਕ ਹੋਰ ਹਮਾਰੇ ਦੋਸਤ ਹੈ ਜੀ, ਨਿੱਕੂ ਭਾਈ ਪੂਨੇ ਸੇ ਹੈ ਜੀ, ਵੋ ਵੀ ਅਭੀ ਨਿਆ ਨਿਆ ਸ਼ੌਂਕ ਸਟਾਰਟ ਕੀਆ ਜੀ ਉਹਨਾਂ ਨੇ। ਔਰ ਸਲੀਮ ਭਾਈ ਹੈ, ਕੋਕਣੀ ਸਲੀਮ, ਕੋਕਣੀ ਸਾਹਿਬ ਜਿਹੜੇ ਮਾਸ਼ਾਅੱਲਾ ਨਾਸਕ ਸੇ, ਸਹੀ ਹੈ, ਕਾਫੀ ਚਾਹਨੇ ਵਾਲੇ, ਕਾਫੀ ਦੋਸਤ ਹੈ ਜੀ, ਬਹੁਤ ਚਾਹਨੇ ਵਾਲੇ ਹੈ ਵੋ ਪਰਸਨਲੀ, ਵੋ ਇਸ ਬੁੱਕ ਕੋ ਵੀ ਬਹੁਤ ਪਸੰਦ ਕਰਤੇ ਹੈ, ਲਾਈਕ ਕਰਤੇ ਹੈ। ਔਰ ਇਨਸ਼ਾਅੱਲਾ ਇਨ ਫਿਊਚਰ ਦੀ ਬਰੀਡ ਇਨਸ਼ਾਅੱਲਾ ਪ੍ਰਮੋਟ ਹੋ ਗਈ ਔਰ ਸ਼ੌਕ ਹੋਗਾ ਹਰ ਦੋਸਤ। ਔਰ ਇਹ ਬੱਕਰਾ ਸਾਡੇ ਪਾਕਿਸਤਾਨ ਦੇ ਵਿੱਚ ਨਾ ਮਲਕ ਮਸ਼ਹੂਰ, ਵੀਡੀਓ ਯੂਟਿਊਬ ਤੇ ਹੀ ਹੈ, ਬਾਕੀ ਮੁੰਨਾ ਭਾਈ ਵੀ ਆਪਣੇ ਹੈਗੇ ਨੇ ਤੇ ਸ਼ਾਰੀ ਬੱਕਰ ਵੀ, ਉਹ ਵੀ ਮਸ਼ਹੂਰ ਬੱਕਰੀਆਂ, ਬੜੇ ਅੱਛੇ ਬੰਦੇ ਨੇ ਯਾਰ, ਕਰ ਰਹੇ ਨੇ ਮੁੰਨਾ ਭਾਈ, ਸਹੀ ਹੋਗਾ ਸਹੀ ਹੋਗਾ, ਤੇ ਸ਼ਾਰੀ ਭਾਈ ਉਹ ਕਬੂਤਰਾਂ ਦਾ ਕਰ ਰਹੇ ਨੇ, ਸਹੀ ਹੈ, ਦੋਨੋਂ ਭਾਈਆਂ ਜੀ ਕਾਫੀ ਹਮਾਰੇ ਚਾਹਨੇ ਵਾਲੇ ਵੀ, ਔਰ ਪੰਜਾਬ ਦੇ ਜਿਹੜੇ ਸ਼ਾਰੀ ਭਾਈ, ਹਾਂਜੀ, ਔਰ ਕਾਫੀ ਸ਼ੌਕ ਵਾਲੇ ਬੰਦੇ ਆ ਜੀ, ਠੀਕ ਹੋ ਗਿਆ। ਜਿਹੜੇ ਸਾਡੇ ਨੇ ਜਿਹੜੇ ਮਲਕ ਮਸੂਦ ਨੇ, ਜਿਹੜੇ ਚੌਰੀ ਸ਼ੌਕਰ ਡੋਗਰ ਸਾਹਿਬ, ਯੂਸਫ ਡੋਗਰ ਸਾਹਿਬ, ਆਤਮ ਮੈਕਣ ਸਾਹਿਬ, ਮੀਆਂ ਰਵਾਨ ਸਾਹਿਬ ਜੀ ਜੀ, ਮੀਆਂ ਹੋਰ ਕਾਫੀ ਬੰਦੇ ਨੇ, ਕਿਹੜੇ ਕਿਹੜੇ ਨਾਮ ਆਪਣੇ ਯਾਦ ਆ ਤੇ ਸਰਗੋਦੇ ਦੇ, ਤੇ ਇਸ ਤਰ੍ਹਾਂ ਕਾਫੀ ਬੰਦਿਆਂ ਨੂੰ ਸਾਡੇ, ਉਹਨਾਂ ਨੂੰ ਵੀ ਸਲਾਮ ਦੁਆ ਵਾ ਜੀ, ਰੱਬ ਇੰਜੀ ਸਾਰਿਆਂ ਸ਼ੌਕ ਵਧਾਵੇ ਜੀ, ਤੇ ਬਹੁ ਫਰਕ ਸਾਹਿਬ ਨੂੰ ਬਹੁਤਾ ਬਹੁਤਾ ਸਲਾਮ, ਚੌਰੀ ਤਾਹ ਮੁਹੰਮਦ ਗੁੱਜਰ ਨੂੰ, ਫੈਸਲਾਬਾਦੀਆਂ ਨੂੰ ਬਹੁਤਾ ਸਲਾਮ ਦੁਆ ਜੀ ਜੀ, ਬਿੱਲੂ ਗਾਨੀਆਂ ਨੂੰ ਬਹੁਤਾ ਦੁਆ ਸਲਾਮ, ਤੇ ਬਾਬਾ ਬੂਟਾ ਸ਼ੇਖਪੁਰੀਆ ਜੀ, ਤੇ ਚੌਰੀ ਲਿਆਸ ਗੁੱਜਰ, ਮਲਕ ਮਹਿਰਾਨ, ਮਲਕ ਮੁੰਡਾ ਵਾ ਗੁਜਰਾਂ ਵਾਲੇ ਦਾ ਕੀ ਨਾਮ ਦਾ ਮਲਕ, ਜਿਹਦੀਆਂ ਬੱਕਰੀਆਂ ਸ਼ੌਕ ਕਰਦਾ ਯਾਰ। ਇਸ ਤਰ੍ਹਾਂ ਸਾਡੀ ਤਰਫੋਂ ਜਿਹੜੇ ਸਾਡੇ ਚੈਨਲ ਦੇ ਜਿੰਨੇ ਪਾਕਿਸਤਾਨ ਦੇ ਲਹਿੰਦੇ, ਪੰਜਾਬ ਦੇ ਚੜ੍ਹਦੇ, ਪੰਜਾਬ ਦੇ ਬਾਹਰ ਦੇ, ਸਾਡੀ ਤਰਫੋਂ ਸਲਾਮ ਦੁਆ, ਬਾਕੀ ਰੱਬ ਸਾਡੀ ਵੀ ਜ਼ਿੰਦਗੀ ਕਰੇ, ਤੁਹਾਡੀ ਵੀ ਕਰੇ ਜੀ ਜੀ, ਤੇ ਇਸ ਤਰ੍ਹਾਂ ਸ਼ੌਕ ਅਸੀਂ ਵਧਾਈਏ ਇਨਸ਼ਾਅੱਲਾ ਆਉਣ ਵਾਲੇ ਵਕਤ ਨੂੰ, ਆਪਾਂ ਅੱਗੇ ਲੈ ਕੇ ਚੱਲੀਏ ਬੀ ਨੂੰ ਨਾਲ ਲੈ ਕੇ ਜੀ ਜੀ, ਹਾਂਜੀ ਬਾਹਰ ਮਾਸ਼ਾਅੱਲਾ ਸੱਚ ਜਕੂਦ ਬੱਕਰੇ ਵਾਲੇ ਯਾਰ, ਹਾਂਜੀ ਕੀ ਨਾ, ਰਾਹਤ ਰਾਹਤ ਭਾਈ, ਰਾਹਤ ਭਾਈ ਨੇ ਮਾਸ਼ਾਅੱਲਾ, ਇੱਕ ਹੁੰਦਾ ਹੋਰ ਜੁਨੇਦ ਭਾਈ, ਜੁਨੇਦ ਭਾਈ ਨੇ, ਇਸ ਤਰ੍ਹਾਂ ਕਰਕੇ ਕਾਫੀ ਬੰਦੇ ਨੇ ਜਿਹੜੇ ਪਾਕਿਸਤਾਨ ਦੇ ਸ਼ੌਕੀਨੀ ਨੇ ਨਾ, ਮੈਂ ਕਿਹਨਾਂ ਕਿਹਨਾਂ ਦੇ ਨਾਮ ਲਵਾਂ, ਥੱਕ ਜਾਂਦਾ ਵਾਂ, ਹੈਂ, ਬਾਕੀ ਅੱਲਾ ਕਰੇ ਜੀ ਸ਼ੌਕ ਵਧੇਗਾ ਇਨਸ਼ਾਅੱਲਾ।